थोड़ा सारी दसूंगी सारी दसूंगी कितने कितने दसूंगी हाँ जी हाँ जी कल्ला कल्ला दस कल्ला कल्ला भी देखेंगे ये तो तुझे पूछ लेगा तो जान दे ये थोड़ा पीछे पीछे आ जाओ हाँ पहले पहले देखो थोड़ा परेशान हो यार देखो बात ठीक है ओके आ चुका है कि कहना चाहोगे आज तुझे ब्रॉडवे बॉलरूम चाहिए हो खुशी है बढ़िया एंजॉय करना है नवे साल दी बधाइयां देना है लैंड आए हैं तो लैंड भी आए देन भी आए नवे साल सारी दे सारी बधाइया सो नवे ट्रैक थोड़े आ चुके ने थोड़े आंदा जो स्वागत है थोड़े ट्रैक चला के किया गया सी सो पहला दो लाइन उस ट्रैक दी पहला ही गुलाबी रंग मर जानी दा आज तो सी गुलाबी ओने सूट पा लिया पहला ही गुलाबी रंग मर जानी दा आज तो सी गुलाबी ओने सूट पा लिया साड़ी गल सुन के भला शिकर गई जिवे होवे साफता फरूट खा लिया नित ही दिमाग उत्ते चढ़ी रहिंदी है दस किवें तार ला वेखने नु चंदरी फरूट वर्गी नी दिल करदा है गल्लां उत्ते चक्की मार ला ਭੰਗੜਾ ਪਲੇਅਰ ਰਹੇ ਆ ਉੱਥੋਂ ਦੇ ਜੁੜੇ ਹੋਏ ਆ ਸਾਨੂੰ 7-8 ਸਾਲ ਹੋ ਗਏ ਇਕੱਠੇ ਰਹਿੰਦੇ ਨੂੰ ਤਾਂ ਕਰਕੇ ਸਾਡਾ ਟੀਮ ਵਰਕ ਸਾਨੂੰ ਦੇਖੋ ਖੂਬੀਆਂ ਵੀ ਪਤਾ ਸਾਨੂੰ ਖਾਮੀਆਂ ਵੀ ਪਤਾ ਸਾਨੂੰ ਇਹ ਵੀ ਪਤਾ ਵੀ ਖੁਸ਼ਕੀ ਕਿੱਥੇ ਹੋਣਾ ਗੁੱਸਾ ਕਿੱਥੇ ਹੋਣਾ ਬੰਦੇ ਨੇ ਉਹ ਸਾਰਾ ਚੀਜ਼ ਜਦੋਂ ਪਤਾ ਹੋਵੇ ਉਦੋਂ ਟੀਮ ਵਰਕ ਵਧੀਆ ਹੋ ਜਾਂਦਾ ਮੇਰੇ ਹਿਸਾਬ ਨਾਲ ਕਿਉਂਕਿ ਦੇਖੋ ਪਿਆਰ ਵੀ ਆਪਣੀ ਜਗ੍ਹਾ 'ਤੇ ਆ ਜਦੋਂ ਜਿੱਥੇ ਜ਼ਿਆਦਾ ਪਿਆਰ ਹੁੰਦਾ ਉੱਥੇ ਭਾਂਡੇ ਖੜਕਦੇ ਵੀ ਨੇ ਉਹ ਵੀ ਰਹਿਣੇ ਚਾਹੀਦੇ ਨੇ ਬਟ ਜੇ ਪਿਆਰ ਹੈਗਾ ਤਾਂ ਟੀਮ ਵਰਕ ਚੱਲੀ ਜਾਊਗਾ ਤੁਹਾਡਾ ਬਿਲਕੁਲ ਸੋ ਬਹੁਤ ਸਾਰੀ ਪੰਜਾਬੀ ਮੂਵੀਜ਼ ਆ ਰਹੀਆਂ ਨੇ ਕਿੱਥੇ ਨਜ਼ਰ ਆਉਣ ਵਾਲੇ ਤੁਸੀਂ ਸਾਨੂੰ 2019 ਦੇ ਵਿੱਚ ਇਹ ਥੋੜ੍ਹਾ ਜਿਹਾ ਸਸਪੈਂਸ ਰੱਖੀਏ ਤਾਂ ਚੰਗਾ ਬਲਕਿ ਮੈਂ ਤੁਹਾਨੂੰ ਦੱਸ ਦਿੰਦਾ ਜੀ 2025 ਮੂਵੀ ਆ ਰਹੀ ਆ ਬਾਦਸ਼ਾਹ ਬਾਈ ਨੇ ਪ੍ਰੋਡਿਊਸ ਕੀਤੀ ਹੋਈ ਆ ਉਹ ਤੇ ਉਹਦੇ ਵਿੱਚ ਸਾਡਾ ਟਾਈਟਲ ਟਰੈਕ ਸਾਡਾ ਠੀਕ ਹੈ ਜੀ 2025 ਦਾ ਟਾਈਟਲ ਟਰੈਕ ਸਾਡਾ ਤੇ ਉਸ ਤੋਂ ਬਾਅਦ ਉਹਦੇ ਵਿੱਚ ਇੱਕ ਉਹਦਾ ਨਾਮ ਹੈ ਐਜੂਕੇਟਡ ਅਨਪੜ੍ਹ ਗਾਣਾ ਅੱਛਾ ਜੀ ਐਜੂਕੇਟਡ ਅਨਪੜ੍ਹ ਕਿਉਂਕਿ ਮੂਵੀ ਸਾਰੀ ਟਾਰਗੇਟ ਕਰਦੀ ਹੈ ਵੀ ਜਿਹੜੇ ਅਨਇੰਪਲੋਇਡ ਆਪਣੇ ਯੂਥ ਹੈ ਉਸਨੂੰ ਟਾਰਗੇਟ ਕਰਦੀ ਹੈ ਤੇ ਉਸ ਬੇਸਿਸ ਤੇ ਉੱਤੇ ਗਾਣੇ 2025 ਜਿਹੜਾ ਗਾਣਾ ਤੁਸੀਂ ਸੁਣੋਗੇ ਜਿੱਦਾਂ ਸਾਡੇ ਗਾਣੇ ਨੂੰ ਤੁਹਾਨੂੰ ਅਲੱਗ ਟੇਸਟ ਮਿਲੂਗਾ ਗਾਣਾ ਲਾਂਚ ਹੋ ਚੁੱਕਿਆ ਸਾਰਾ ਨਹੀਂ ਭਾਜੀ ਤਾਂ ਹੀ ਅਸੀਂ ਸੁਣਾ ਨਹੀਂ ਪਾ ਰਹੇ ਤਾਂ ਹੀ ਮੈਂ ਤੁਹਾਨੂੰ ਪੁੱਛ ਪਹਿਲਾਂ ਪੁੱਛੀ ਬਿਲਕੁਲ ਬਟ ਉਹ ਮੋਸਟ ਪ੍ਰੋਬੇਬਲੀ ਹਫਤੇ ਤੱਕ ਜਾਂ 10 ਦਿਨਾਂ ਤੱਕ ਹੋ ਜਾਣਾ ਰਿਲੀਜ਼ ਉਹਨੇ ਅੱਛਾ ਜੀ ਹਾਂਜੀ ਔਰ ਅਗਰ ਤੁਹਾਡੀ ਪਰਸਨਲ ਟਰੈਕ ਦੀ ਗੱਲ ਕਰੀਏ ਹੈ ਨਾ ਤੇ ਉਹ ਕਿਹੜਾ ਨਵਾਂ ਆ ਰਿਹਾ ਉਹ ਤਾਂ ਤੁਸੀਂ ਸੁਣਾ ਸਕਦੇ ਤੁਹਾਡੇ ਹੱਥ ਵਿੱਚ ਹੀ ਹੈ ਨਵੇਂ ਦਾ ਵੀ ਅਸੀਂ ਸਸਪੈਂਸ ਹੀ ਰੱਖਣਾ ਚਾਹਾਂਗੇ ਕਿਉਂਕਿ ਹਾਲੇ ਸਾਨੂੰ ਡਿਸਾਈਡ ਨਹੀਂ ਹੈ ਕਿ ਅਸੀਂ ਕਰਨਾ ਕਿਹੜਾ ਸਾਡੇ ਕੋਲ ਦੋ ਤਿੰਨ ਆਪਸ਼ਨਸ ਨੇ ਤਿੰਨ ਆਪਸ਼ਨ ਤੇ ਉਹਦੇ 'ਚੋਂ ਹਾਲੇ ਦੇਖਦੇ ਹਾਂ ਵੀ ਕਿਹੜੀ ਸਾਰਾ ਕੁਝ ਦੇਖ ਕੇ ਵੀ ਅਸੀਂ ਆਡੀਅੰਸ ਨੂੰ ਵੀ ਖੁਸ਼ ਰੱਖੀਏ ਸਾਡੀ ਵੀ ਸੈਟੀਸਫੈਕਸ਼ਨ ਹੋਵੇ ਤੇ ਸਾਰਿਆਂ ਦੀ ਹੋਵੇ ਓਵਰਆਲ ਹਾਲੇ ਡਿਸਾਈਡਡ ਨਹੀਂ ਹੈ ਵੀ ਕਿਹੜਾ ਕਰਨਾ ਅੱਛਾ ਤੁਸੀਂ ਸ਼ੋਅ ਕਰਦੇ ਹੋ ਤਾਂ ਆਡੀਅੰਸ ਨੂੰ ਹੋਵੇ ਕਿ ਉਹਦੋਂ ਕਦੋਂ ਕਿਵੇਂ ਖੁਸ਼ ਰੱਖਦੇ ਹੋ ਸ਼ੋਅ ਦੇ ਵਿੱਚ ਗਾਣੇ ਸੁਣਾ ਕੇ ਗੱਲਾਂ ਕਰਕੇ ਆਪਣੇ ਹੀ ਮੈਂ ਦੂਸਰਿਆਂ ਦੇ ਵੀ ਨਹੀਂ ਅਸੀਂ ਸਾਰਿਆਂ ਦੇ ਗਾਉਣਾ ਇਸ ਵਿੱਚ ਹੁਣ ਤਾਂ ਆਪਣੇ ਵੀ ਬਹੁਤ ਗਾਣੇ ਨੇ ਆਪਣੇ ਕੋਲ ਕਿਉਂਕਿ ਅਸੀਂ ਕਿਤੇ ਵੀ ਗਾਣੇ ਦੇਖੋ ਵਿਆਹ ਦਾ ਪ੍ਰੋਗਰਾਮ ਹੁੰਦਾ ਵਿਆਹ ਦੇ ਵਿੱਚ ਬਜ਼ੁਰਗ ਵੀ ਬੈਠੇ ਨੇ ਹਨਾ ਉੱਥੇ ਮਾਤਾਵਾਂ ਵੀ ਬੈਠੀਆਂ ਨੇ ਭੈਣਾਂ ਵੀ ਬੈਠੀਆਂ ਨੇ ਤੇ ਆਪਣੇ ਯੂਥ ਵਾਲੇ ਵੀ ਨੇ ਉਹ ਫਿਰ ਸਾਰਿਆਂ ਨੂੰ ਖੁਸ਼ ਕਰਨਾ ਤਾਂ ਉਹ ਇਕੱਲੇ ਸਾਡੇ ਗਾਣੇ ਨਹੀਂ ਉਹ ਤੇ ਫਿਰ ਪੁਰਾਣੇ ਵਾਣਕ ਸਾਹਿਬ ਦੇ ਗਾਣੇ ਹੋ ਗਏ ਹਨਾ ਜਿੰਨੇ ਆਪਣੇ ਲੈਜੈਂਡ ਸਿੰਗਰ ਰਹੇ ਨੇ ਉਹ ਸਾਰੇ ਸੁਣਾ ਕੇ ਜਿੱਦਾਂ ਕੋਈ ਡਿਮਾਂਡ ਵੀ ਆਉਂਦੀ ਅੱਗੇ ਦੀ ਆਪਾਂ ਉਹ ਵੀ ਕਰੀਏ ਠੀਕ ਹੈ ਭਾਈ ਸੋ ਆਪਾਂ ਇੰਟਰਵਿਊ ਸਮਾਪਤ ਕਰਨ ਤੋਂ ਪਹਿਲਾਂ ਪਹਿਲਾਂ ਇੱਕ ਇੱਕ ਆਪਣੇ ਫੇਵਰਟ ਸਿੰਗਰ ਦਾ ਸੌਂਗ ਤੁਸੀਂ ਤੁਹਾਨੂੰ ਸੁਣਾ ਦਿਓ ਦੇਵੀ ਮਖਸੂਸਪੁਰੀ ਸਾਹਿਬ ਉਹਨਾਂ ਦੀ ਲਿਖਣੀ ਤੋਂ ਮੈਂ ਲਿਖਣਾ ਸ਼ੁਰੂ ਕੀਤਾ ਸੁਣ ਕੇ ਉਹਨਾਂ ਦਾ ਕੀ ਉਹ ਰੱਬ ਕਰੇ ਮਨਜ਼ੂਰ ਇੱਕੋ ਗੱਲ ਅਸੀਂ ਚਾਹੀਏ ਵੇ ਤੂੰ ਅੱਖਾਂ ਸਾਵੇਂ ਹੋਵੇਂ ਜਦੋਂ ਦੁਨੀਆਂ ਤੋਂ ਜਾਈਏ ਉਹ ਇੱਕੋ ਸ਼ਰਤ ਤੇ ਪੁੱਗੇ ਸਾਨੂੰ ਪੋਟਾ ਪੋਟਾ ਹੋਣਾ ਉਹ ਤੂੰ ਗਿਣੇ ਪੋਟਿਆਂ ਤੇ ਅਸੀਂ ਗਿਣਤੀ 'ਚ ਆਈਏ ਰੱਬ ਕਰੇ ਮਨਜ਼ੂਰ ਹਾਂਜੀ ਮੈਂ
ਸ਼ਰਮਾ ਦਾ ਗਾਣਾ ਸੀਗਾ, ਮੈਂ ਬਹੁਤ ਜ਼ਿਆਦਾ ਸੁਣਿਆ ਜੀ। ਉਹ ਸੀਗਾ ਜੀ, ਨੈਣ ਨਸ਼ੀਲੇ ਬਾਤਾਂ ਪਾਉਂਦੇ ਨੇ ਮੁਟਿਆਰ ਦੇ, ਉਹ ਬੁੱਲ ਗੁਲਾਬੀ ਕੂੜੇ ਪੱਟ ਕੱਚੀ ਕੱਚ ਨਾਰ ਦੇ, ਪੋਚ ਪੋਚ ਪਪ ਤਰੇ ਜੋ ਬਰੀ ਉਡਾਰੀ ਭਰਦੀ ਆ, ਉਹ ਜਦ ਤੁਰਦੀ ਮੜਕ ਦੇ ਨਾਲ ਬਈ ਜੁੱਤੀ ਚੂ ਚੂ ਕਰਦੀ ਆ। ਵਾਹ ਵਾਹ ਜੁੱਤੀ ਚੂ। ਮੈਂ ਉਹਨਾਂ ਨੂੰ ਆਪਣਾ ਆਈਡਲ ਮੰਨ ਕੇ ਚੱਲਦਾ ਤੇ ਉਹਨਾਂ ਦਾ ਇੱਕ ਗੀਤ ਸੁਣਾ। ਹੋ ਗੱਲ ਸੁਣ ਰੇਸ਼ਮੀ ਗਰਾਰੇ ਵਾਲੀਏ, ਬੂਹਾ ਬੰਦ ਕਰ ਲੈ ਚੁਬਾਰੇ ਵਾਲੀਏ, ਮੋਟੇ ਮੋਟੇ ਪੈਗ ਲਾ ਕੇ ਰੂੜੀ ਮਾਰ ਕਦੇ ਅੱਜ ਕਰਕੇ ਕੱਟਣਗੇ ਕਾਰੇ, ਦਾਰੂ ਪੀ ਕੇ ਜੱਟ ਬੁੱਕਦੇ ਮਾਰਦੇ ਗਲੀ ਚ ਲਲਿਕਾਰੇ, ਦਾਰੂ ਪੀ ਕੇ ਜੱਟ ਬੁੱਕਦੇ ਮਾਰਦੇ ਗਲੀ ਚ ਲਲਿਕਾਰੇ। ਸੋਹਣੀਏ ਬਾਜੀ, ਮੈਂ ਇਕੱਠੇ ਨਵੇਂ ਸਾਲ ਦੀ ਮੁਬਾਰਕਾਂ ਦੇ ਦਿਓ ਸਾਰੇ ਦਰਸ਼ਕ।